ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਕੀ ਨਾਮ ਜੀ? ਮੇਰਾ ਸੁਮੀਤ ਗੋਤਮ ਹੈ ਜੀ। ਸਰਪੰਚ ਆ ਪਿੰਡ ਦੇ? ਜਦੋਂ ਤੁਸੀਂ ਇਹ ਪਾਣੀ ਆਇਆ ਫਿਰ ਕੀ ਦੇਖਿਆ ਇੱਥੇ? ਮੰਜਰ ਕਿਹੋ ਜਿਹਾ ਸੀ? ਪਾਣੀ ਸਰ ਫਲੱਡ ਇੰਨਾ ਛਾਲ ਸੀਗਾ, ਹੜ੍ਹ ਬਹੁਤ ਜ਼ਿਆਦਾ ਸੀਗਾ ਜੀ। ਹਾਂਜੀ, ਮੈਂ ਆਪਣੀ ਸੂਰਤ 'ਚ ਪਹਿਲੀ ਵਾਰ ਦੇਖਿਆ ਜੀ, ਜਾਨੀ ਕਿ ਇੱਥੇ ਬੜੇ ਸਿਆਣੇ ਵੀ ਹੈਗੇ ਨਹੀਂ, ਪਹਿਲੀ ਵਾਰ ਦੇਖਿਆ ਇੰਨਾ ਪਾਣੀ। ਹਾਂਜੀ, ਪਾਣੀ ਬਹੁਤ ਸੀਗਾ ਜੀ, ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਜੀ ਕਾਫੀ। ਠੀਕ ਹੈ ਜੀ। ਬਹੁਤ ਜ਼ਿਆਦਾ ਨੁਕਸਾਨ ਵੀ ਲੋਕਾਂ ਦਾ, ਪਾਣੀ ਕੰਟਰੋਲ ਨਹੀਂ ਹੋਇਆ ਜੀ, ਪਾਣੀ ਦੇਖੋ ਚੋਅ ਵਗੈਰਾ ਬਣਿਆ ਇੱਥੇ। ਹਾਂਜੀ, ਇਹਦੇ ਉੱਪਰੋਂ ਇੱਧਰ ਆ ਗਿਆ ਸੀਗਾ ਜੀ ਉੱਪਰੋਂ ਪਾਣੀ। ਹਾਂਜੀ, ਆਹ ਜਿਹੜੀ ਆ 6 ਫੁੱਟ ਦਾ ਇਹਦਾ ਬੰਨ ਲੱਗਾ, ਇਹ ਤੇ 6 ਫੁੱਟ ਵੀ ਟੱਪ ਗਿਆ। ਸਾਨੂੰ ਜੋ ਅਸੀਂ ਅਨੁਮਾਨ ਆ ਦੇਖੋ ਜੀ, ਮੈਂ ਤੁਹਾਨੂੰ ਦਿਖਾਣਾ, ਆ ਦੇਖੋ ਆ 3-3 ਫੁੱਟ ਅਜੇ ਗਾਰਾ ਪਿਆ, ਭਗੜ ਚੜੀ ਉੱਤੇ 6 ਫੁੱਟ ਬੰਨ, ਉਹ ਵੀ ਪਾਣੀ ਕ੍ਰੋਸ ਕਰ ਗਿਆ ਤੇ ਘਰਾਂ ਦੇ ਵਿੱਚ ਵੀ ਜਾ ਵੜਿਆ, 5-5 ਫੁੱਟ ਦੇ ਕਰੀਬ ਜਾ ਵੜਿਆ। ਤੇ ਆਹ ਦੇਖੋ ਜੀ, ਟਰੈਕਟਰ ਗਾਰਾ ਲਿਆਂਦਾ ਅੰਦਰੋਂ ਖਿੱਚ ਖਿੱਚ ਕੇ, ਜੋ ਆਪਣੇ ਆਪਣੇ ਅੰਦਰਾਂ ਤੋਂ ਕੱਢਿਆ ਗਾਰਾ, ਇਹ ਭਗੜ ਬਣ ਗਈ। ਉਹ ਜਿਹਨੂੰ ਚੀਕਣੀ ਮਿੱਟੀ ਕਹਿੰਦੇ, ਪਣਾ ਵੀ ਕਹਿੰਦੇ ਅਸੀਂ, ਤਾਂ ਇਹ ਆਹ ਟਰੈਕਟਰ ਸਵੇਰ ਦਾ ਲੱਗਾ। ਉੱਧਰ ਜੇ ਸੀ ਬੀ ਲੱਗੀ, ਉਹ ਵੀ ਤੁਹਾਨੂੰ ਦਿਖਾਵਾਂਗੇ। ਹਾਂਜੀ, ਅੱਛਾ ਜੀ, ਹਾਂਜੀ, ਅੱਛਾ ਜੀ, ਇੱਟ ਕਿਹਦੀ ਇੱਥੇ ਹੜੀ ਆ? ਹਾਂਜੀ, ਆ ਜਾਓ ਨੇੜੇ ਆ ਜਾਓ ਜੀ, ਨਾਮ ਬੋਲੋ ਜੀ ਆਪਣਾ। ਜੋਗਿੰਦਰ ਸਿੰਘ ਜੀ। ਹਾਂਜੀ, ਕਿੰਨੀ ਇੱਟ ਹੜ ਗਈ ਤੁਹਾਡੀ? 7000 ਇੱਟ ਸੀਗੀ ਜੀ, ਸੜਕ ਦੇ ਕੰਢੇ ਤੇ ਲਾਈ ਹੋਈ ਹੈ। ਅੱਛਾ ਜੀ, ਤਾਂ ਉਹ ਸਾਰੀ ਮਤਲਬ ਨਾ ਜੀ, ਇੰਨਾ ਪਾਣੀ ਆਇਆ ਪਹਿਲੀ ਵਾਰ ਦੇਖਿਆ ਜੀ, ਮਤਲਬ ਜਿਹੜਾ ਕਿ ਨਾ ਚੱਕੇ ਡਿੱਗਦੇ 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 ਸਾਰੇ ਡਿੱਗ ਗਏ ਆ, ਕੋਈ ਪੱਲੇ ਨਹੀਂ ਪਈ। ਅੱਗੇ ਵੀ ਕਦੇ ਇੰਨਾ ਪਾਣੀ ਦੇਖਿਆ ਤੁਸੀਂ? 7 ਸਾਲ ਦੀ ਉਮਰ ਲਗਭਗ ਹੈਗੇ ਆ। 61 ਸਾਲ ਦੀ ਉਮਰ ਹੋ ਗਈ ਮੇਰੀ, ਕੋਈ ਅਜੇ ਤੱਕ ਨਹੀਂ ਮਤਲਬ ਪਾਣੀ ਪਹਿਲੀ ਵਾਰ ਦੇਖਿਆ ਜੀ। ਅੱਛਾ ਜੀ, ਹਾਂਜੀ, ਦੇਖਿਆ ਨਹੀਂ ਕਦੇ। ਜਦੋਂ ਪਾਣੀ ਆਇਆ ਫਿਰ ਤੁਸੀਂ, ਤੁਹਾਨੂੰ ਫਿਰ ਕੀ ਸੁਝਿਆ ਕਿ ਸਾਨੂੰ ਆਹ ਕੁਛ ਕਰਨਾ ਚਾਹੀਦਾ, ਕੀ ਸੁਝਿਆ ਪਾਣੀ ਦੇਖੇ ਜ਼ਿਆਦਾ? ਅਸੀਂ ਤਾਂ ਜੀ ਹੁਣ ਸਰਪੰਚ ਸਾਹਿਬ ਕਹਿੰਦੇ ਇੱਕ ਕੇਦਾਰਨਾਥ ਦਾ ਇੱਕ ਤਰ੍ਹਾਂ ਦਾ ਮੰਜ਼ਿਲ ਅਸੀਂ ਦੇਖਿਆ, ਕਿ ਕਿਸੇ ਪਾਸਿਓਂ ਸੋਚਦਾ ਨਹੀਂ ਸਰ ਸਾਨੂੰ ਕਿ ਹੁਣ ਅਸੀਂ ਕੀ ਕਰੀਏ। ਸਰਕਾਰ ਤੋਂ ਕੀ ਮੰਗ ਕਰਦੇ ਜੀ? ਮੰਗ ਇਹੀ ਹੈ ਵੀ ਹੈਲਪ ਕੀਤੀ ਜਾਵੇ ਲੋਕਾਂ ਦੀ, ਉਹਦਾ ਫਿਰ ਪ੍ਰਸ਼ਾਸਨ ਸਮੇਂ ਸਿਰ ਪਹੁੰਚ ਗਿਆ ਸੀਗਾ। ਅੱਛਾ, ਡਾਕਟਰ ਰਾਜ ਕੁਮਾਰ MLA ਸਾਹਿਬ ਆਏ ਸੀ? ਉਹ ਆ ਗਏ ਸੀਗੇ, ਟਾਈਮ ਨਾਲ ਆ ਗਏ ਸੀ, ਬਾਕੀ ਹੋਰ ਵੀ ਪਾਰਟੀਆਂ ਸੀਗੀਆਂ। ਕੀ ਦੇ ਕੇ ਗਏ ਕੁਛ? ਉਹਨੇ ਕਿਹਾ ਵੀ ਜੋ ਵੀ ਤੁਹਾਡਾ ਇੱਥੇ ਖਰਚਾ ਪਾਉਣ ਜੋ ਲੱਗਦਾ ਜੀ, ਮਸ਼ੀਨਰੀ ਸਭ ਨੇ ਅਰੇਂਜਮੈਂਟ ਤੁਹਾਨੂੰ ਕੀਤਾ ਜੀ। ਠੀਕ ਹੈ ਜੀ, ਮੌਕੇ 'ਤੇ ਸਾਡੀ ਹੈਲਪ ਹਰੇਕ ਪਾਰਟੀ ਆ, ਚਲੋ ਵਰਕਰ ਆਪਣੇ ਆਪਣੇ ਪਾਰਟੀਆਂ ਦੇ ਪਹੁੰਚਦੇ ਰਹੇ ਸੀ। ਹਾਂਜੀ, ਹਾਂਜੀ ਸਰ, ਰਾਜੀ ਸਰਕਾਰ ਤੋਂ ਕੀ ਮੰਗ ਕਰਦੇ ਹਾਂ? ਦੱਸ ਦਿਓ ਯਾਰ, ਨੁਕਸਾਨ ਹੋਇਆ। ਮੰਗ ਇਹੀ ਹੈ ਵੀ ਕਈਆਂ ਦੇ ਜਿੱਦਾਂ ਘਰ ਕਨੈਕਸ਼ਨ ਬਿਜਲੀ ਹੈ ਨਹੀਂ ਜੀ, ਅੱਛਾ ਜੀ, ਕਨੈਕਸ਼ਨ ਟੁੱਟ ਗਏ ਜੀ, ਖੰਭੇ ਟੁੱਟ ਗਏ ਆ। ਠੀਕ ਹੈ, ਉਹ ਬਿਜਲੀ ਮੁਲਾਜ਼ਮ ਤਾਂ ਆਏ ਆ ਜੀ, ਪਹੁੰਚੇ, ਉਹ ਵੀ ਟਾਈਮ ਨਾਲ ਬੇਚਾਰੇ ਪਹੁੰਚ ਗਏ ਜੀ। ਠੀਕ ਹੈ, ਪਰ ਇਹ ਜਿੰਨਾ ਕੋਈ ਇਨਵਰਟਰ ਸੜ ਗਿਆ, ਕਿਤੇ ਫਰਿੱਜ ਸੜ ਗਈ, ਜ਼ਰੂਰਤ ਦੀਆਂ ਚੀਜ਼ਾਂ ਲੋਕਾਂ ਦੀਆਂ ਸਾਰੀਆਂ ਸੜ ਗਈਆਂ ਜੀ। ਹਾਂਜੀ, ਜਿੱਦਾਂ ਪਾਣੀ ਇਨਵਰਟਰ ਨਬੂਟਰ ਸੀਗੇ ਜੀ, ਜਿੱਦਾਂ ਫਰਿੱਜਾਂ ਸੀਗੀਆਂ, ਉਹ ਪਾਣੀ ਦੇ ਉੱਪਰ ਤਾਂ ਇੱਦਾਂ ਸੀਗਾ ਜਿੱਦਾਂ ਵੀ ਤੈਰਦੇ ਪਏ ਜੀ, ਸਾਰਾ ਸਮਾਨੇ ਤੇਰੇ ਬੈਠ ਕੇ ਕਿਸ਼ਤੀ ਦੇ ਵਾਂਗ ਤਰ ਰਹੇ ਸੀਗੇ। ਹਾਂ, ਤਰਦੇ ਸੀਗੇ ਜੀ। ਠੀਕ ਹੈ ਜੀ, ਉਹ ਵੀਡੀਓ ਵਗੈਰਾ ਲੋਕਾਂ ਨੇ ਬਣਾਈਆਂ ਜੀ ਇੱਥੇ, ਮੈਂ ਵੀ ਦੇਖੀ ਵੀਡੀਓ ਤਾਂ ਸਾਡੀ ਘੁੰਮ ਗਏ ਜੀ। ਹਾਂਜੀ, ਹਾਂਜੀ, ਪਰੇਸ਼ਾਨੀ ਬਹੁਤ ਹੈ ਜੀ ਲੋਕਾਂ ਨਾਲ, ਤੁਸੀਂ ਦੇਖਦੇ ਜੀ ਹਾਲਾਤ ਕੀ ਹੋਇਆ। ਠੀਕ ਹੈ ਜੀ, ਮੈਂ ਤੁਹਾਡਾ ਆਪਣਾ ਸੇਵਕ ਕੁਲਵੰਤ ਸਿੰਘ ਸਿੱਧੂ, ਇਹ ਪਿੰਡ ਲਲਵਾਨ ਤੋਂ ਅਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ, ਕਿ ਇੱਥੇ ਸਾਨੂੰ ਪਤਾ ਲੱਗਾ ਸੀ ਕਿ ਬਹੁਤ ਮੀਨੇ ਨੁਕਸਾਨ ਕਰਦਾ, ਕਿਸੇ 5 ਫੁੱਟ, ਕਿਸੇ 6 ਫੁੱਟ, ਕਿਸੇ 4 ਫੁੱਟ ਪਾਣੀ ਅੰਦਰ ਵੜ ਗਿਆ, ਖਾਣ ਪੀਣ ਵਾਲੀਆਂ ਚੀਜ਼ਾਂ ਸਭ ਨਸ਼ਟ ਹੋ ਗਈਆਂ। ਆਹ ਤੁਸੀਂ ਆਪੇ ਦੇਖੋ, ਇਹ ਗਲੀਆਂ ਦਾ ਵਿੱਚ ਆ, ਇਹ ਗਲੀਆਂ ਦਾ ਮੰਜ਼ਰ ਵਾ, ਇਹ ਆਹ ਟਰੈਕਟਰ ਲੱਗਾ ਸਵੇਰ ਦਾ, ਭੀੜੀਆਂ ਗਲੀਆਂ, ਸਮਾਂ ਸਮਾਂ ਟਰੈਕਟਰ ਜਾ ਰਿਹਾ। ਪੰਚਾਇਤ ਤਕਰੀਬਨ ਸਾਰੀ ਆਈ ਓ ਆ, ਪੰਚਾਇਤ ਇਸ ਦੁੱਖ ਦੀ ਘੜੀ ਦੇ ਵਿੱਚ ਮੋਢੇ ਨਾਲ ਮੋਢਾ ਲੋਕਾਂ ਦੇ ਨਾਲ ਲਾ ਕੇ ਸਹਿਯੋਗ ਦੇ ਰਹੇ ਆ। ਅਤੇ ਮੈਂ ਸਰਪੰਚ ਸਾਹਿਬ ਤੁਹਾਡਾ ਵੀ ਧੰਨਵਾਦ ਕਰਦਾ, ਸਾਰੀ ਪੰਚਾਇਤ ਦਾ, ਹੋਰ ਮੋਹਤਵਾਰ ਸੱਜਣਾਂ ਦਾ, ਤੁਸੀਂ ਸਾਨੂੰ ਵੀ ਸਹਿਯੋਗ ਦਿੱਤਾ। ਕਿ ਚਲੋ ਮੈਂ ਤੁਹਾਨੂੰ, ਜੇ ਕੋਈ ਕਿਸ ਤਰ੍ਹਾਂ ਦੀ ਕੋਈ ਕਸਰ ਹੈਗੀ ਤਾਂ ਇਸ ਔਖੀ ਵੇਲੇ ਬੰਦਾ ਉਹ ਆ ਜਿਹੜਾ ਕੰਮ ਆਵੇ, ਸਾਰੇ ਨਗਰ ਦਾ ਸਹਿਯੋਗ ਕਰੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।